ਇਤਿਹਾਸਿਕ ਸਮਿਆਂ 'ਚ ਹੌਸਪਿਸ ਸਫ਼ਰ 'ਤੇ ਨਿਕਲੇ ਹੋਏ ਯਾਤਰੂਆਂ ਦੇ ਆਰਾਮ ਕਰਨ ਲਈ ਆਓ ਭਗਤ ਦੀ ਥਾਂ ਹੋਇਆ ਕਰਦੇ ਸਨ। ਅੱਜ ਹੌਸਪਿਸ ਉਹਨਾਂ ਵਿਅਕਤੀਆਂ ਲਈ ਧੀਰਜ ਬਣਾਉਣ ਵਾਲੀ ਸੰਭਾਲ ਪ੍ਰਦਾਨ ਕਰਦੇ ਹਨ ਜਿਹੜੇ ਜੀਵਨ ਮੁਕਾ ਦੇਣ ਵਾਲੀ ਕਿਸੇ ਬਿਮਾਰੀ ਸੰਗ ਜੀ ਰਹੇ ਹਨ। ਹੌਸਪਿਸ 'ਚ ਮਿਲਦੀ ਸੰਭਾਲ ਹਸਪਤਾਲ 'ਚ ਮਿਲਣ ਵਾਲੀ ਸੰਭਾਲ ਨਾਲੋਂ ਵੱਖਰੀ ਹੈ। ਤੁਹਾਡੇ ਸੁੱਖ ਆਰਾਮ ਨੂੰ ਯਕੀਨੀ ਬਣਾਉਂਦਿਆਂ ਹੋਇਆਂ ਧਿਆਨ ਜੀਵਨ ਦੀ ਕੁਆਲਿਟੀ 'ਤੇ ਕੇਂਦਰਿਤ ਕੀਤਾ ਜਾਂਦਾ ਹੈ। ਹਰੇਕ ਹੌਸਪਿਸ ਘਰ ਵਰਗਾ ਇੱਕ ਵਾਤਾਵਰਣ ਸਿਰਜਣ ਲਈ ਪੂਰੇ ਯਤਨ ਕਰਦਾ ਹੈ ਜਿਸ ਤੁਸੀਂ ਮਹਿਫੂਜ਼ ਅਤੇ ਸੁਰੱਖਿਅਤ ਮਹਿਸੂਸ ਕਰੋ। ਆਸ਼ਾ ਤੁਹਾਡੇ ਜੀਵਨ ਦੇ ਨਾਲ ਨਾਲ ਤੁਹਾਡੇ ਮਾਨ ਸਨਮਾਨ ਦਾ ਜਸ਼ਨ ਮਨਾਉਣ ਅਤੇ ਤੁਹਾਡੀ ਵਿਅਕਤੀਗਤ ਹੋਂਦ ਦਾ ਤੁਹਾਡੇ ਆਖਰੀ ਦਿਨ ਤੱਕ ਸਨਮਾਨ ਕਰਨ ਦੀ ਕੀਤੀ ਜਾਂਦੀ ਹੈ। ਹੌਸਪਿਸ ਦਾ ਮਕਸਦ ਤੁਹਾਨੂੰ ਹਸਪਤਾਲ ਨਾਲੋਂ ਵਧੇਰੇ ਇੱਕ ਘਰ ਵਾਂਗੂ ਮਹਿਸੂਸ ਕਰਵਾਉਣਾ ਹੁੰਦਾ ਹੈ। ਤੁਹਾਡਾ ਇੱਕ ਆਪਣਾ ਕਮਰਾ ਹੋਵੇਗਾ ਜਿੱਥੇ ਤੁਸੀਂ ਆਪਣੀਆਂ ਕੁਝ ਛੋਟੀਆਂ ਛੋਟੀਆਂ ਨਿੱਜੀ ਵਸਤਾਂ ਲਿਆ ਸਕਦੇ ਹੋ। ਮਿਲਣ ਦਾ ਸਮਾਂ ਨਿਸ਼ਚਿਤ ਨਹੀਂ ਹੁੰਦਾ, ਇਸ ਲਈ ਤੁਹਾਡੇ ਪਰਿਵਾਰ ਮੈਂਬਰ ਜਾਂ ਦੋਸਤ ਮਿੱਤਰ ਜਿੰਨਾ ਜ਼ਿਆਦਾ ਜਾਂ ਘੱਟ ਤੁਸੀਂ ਚਾਹੋ ਤੁਹਾਨੂੰ ਮਿਲਣ ਆ ਸਕਦੇ ਹਨ। ਹੌਸਪਿਸਾਂ 'ਚ ਹੈਲਥ ਕੇਅਰ ਟੀਮ ਸੰਭਾਲ ਪ੍ਰਦਾਨ ਕਰਦੀ ਹੈ। ਇਸ ਟੀਮ ਦਾ ਹਰੇਕ ਮੈਂਬਰ ਮਾਹਰ ਹੁੰਦਾ ਹੈ ਅਤੇ ਤੁਹਾਨੂੰ ਪੈ ਸਕਣ ਵਾਲੀਆਂ ਵੱਖ ਵੱਖ ਲੋੜਾਂ 'ਚ ਮਦਦ ਕਰਨ ਅਤੇ ਉਹਨਾਂ ਨਾਲ ਨਿਪਟਣ ਦੇ ਯੋਗ ਹੁੰਦਾ ਹੈ। ਨਰਸਾਂ ਅਤੇ ਕੇਅਰ ਏਡ ਸਾਰਾ ਸਮਾਂ ਹਾਜ਼ਰ ਹੁੰਦੇ ਹਨ, ਜਦੋਂ ਕਿ ਟੀਮ ਦੇ ਹੋਰ ਮੈਂਬਰ ਜਦੋਂ ਜ਼ਰੂਰਤ ਪਵੇ ਉਦੋਂ ਉਪਲਬਧ ਹੋ ਜਾਂਦੇ ਹਨ। ਹਰੇਕ ਹੌਸਪਿਸ ਉਹਨਾਂ ਤਬਦੀਲੀਆਂ ਨਾਲ ਨਜਿੱਠਣ ਲਈ ਸਾਜ ਸਮਾਨ ਨਾਲ ਚੰਗੀ ਤਰ੍ਹਾਂ ਲੈਸ ਹੁੰਦਾ ਹੈ ਜਿਹੜੀਆਂ ਤੁਹਾਡੀ ਬਿਮਾਰੀ ਦੇ ਵਧਣ ਨਾਲ ਪੈਦਾ ਹੋ ਸਕਦੀਆਂ ਹਨ। ਐਪਰ ਤੁਹਾਡੇ ਘਰ ਵਾਂਗੂ ਕੁਝ ਖਾਸ ਚੀਜ਼ਾਂ ਅਜਿਹੀਆਂ ਹਨ ਜਿਹੜੀਆਂ ਨੂੰ ਹੌਸਪਿਸ ਕਰ ਸਕਣ ਦੇ ਯੋਗ ਨਹੀਂ ਹੁੰਦੇ, ਜਿਵੇਂ ਕਿ ਵੱਡੇ ਡਾਇਗਨੋਸਟਿਕ ਟੈਸਟ ਅਤੇ ਪੱਚੀਦਾ ਕਿਸਮ ਦੇ ਇਲਾਜ। ਹੌਸਪਿਸ ਕੋਲੋਂ ਸੰਭਾਲ ਲੈਣ ਵਾਸਤੇ ਇੱਕ ਰੋਜ਼ਾਨਾ ਫੀਸ ਲੱਗਦੀ ਹੈ। ਫੀਸ ਨਾ ਦੇ ਸਕਣਾ ਦਾਖਲੇ ਨੂੰ ਰੋਕ ਨਹੀਂ ਦਿੰਦਾ। ਮੌਜੂਦਾ ਰੇਟ ਬਾਰੇ ਜਾਂ ਜੇਕਰ ਤੁਸੀਂ ਵਿੱਤੀ ਮੁਸ਼ਕਲਾਂ ਬਾਰੇ ਫਿਕਰਮੰਦ ਹੋਵੋ ਤਾਂ ਕਿਰਪਾ ਕਰਕੇ ਆਪਣੇ ਹੈਲਥ ਕੇਅਰ ਪ੍ਰਦਾਨ ਕਰਤਾ ਨਾਲ ਗੱਲ ਕਰੋ। ਇਹ DVD ਉਪਲਬਧ ਹੌਸਪਿਸਾਂ ਦੇ ਵਾਸਤਵਿਕ ਟੂਰ ਪ੍ਰਦਾਨ ਕਰਦੀ ਹੈ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਵੇ ਕਿ ਉਹ ਕਿਸ ਤਰ੍ਹਾਂ ਦੇ ਲੱਗਦੇ ਹਨ। ਸਾਨੂੰ ਆਸ ਹੈ ਕਿ ਇਹ ਤੁਹਾਨੂੰ ਉਹ ਚੋਣ ਕਰਨ ਵਾਸਤੇ ਮਦਦ ਦੇਵੇਗੀ ਜਿਹੜੀ ਤੁਹਾਡੇ ਲਈ ਸਹੀ ਹੋਵੇਗੀ। ਜੇਕਰ ਹੌਸਪਿਸ ਕੇਅਰ ਨਾਲ ਸੰਬੰਧਿਤ ਤੁਹਾਡੇ ਹੋਰ ਸਵਾਲ ਹੋਣ ਤਾਂ ਕਿਰਪਾ ਕਰਕੇ ਆਪਣੇ ਹੈਲਥ ਕੇਅਰ ਪ੍ਰਦਾਨ ਕਰਤਾ ਨੂੰ ਪੁੱਛੋ।